ਬੱਬਾਰੀ ਕੁਝ ਚਾਹੀਦਾ? ਹਾਂ ਪੱਕਾ। ਫਿਰ ਬੱਬਾ ਜੀ ਤੁਸੀਂ ਮੰਗ ਕਿਉਂ ਨਹੀਂ ਲੈਂਦੇ? ਪੱਕਾ, ਦੁਨੀਆ ਤੇ ਸਭ ਤੋਂ ਔਖਾ ਕੰਮ ਮੰਗਣਾ ਹੈ ਬੱਬਾ ਜੀ। ਪਰ ਫਕਰਾਂ ਲਈ ਮੰਗਣਾ ਕਾਹਦਾ ਔਖਾ? ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਭੁੱਖ ਤੇ ਪਿਆਸ ਤੋਂ ਲਾਚਾਰ ਮੈਂ ਤੇਰੇ ਦਰ ਤੇ ਆਉਣ ਲਈ ਮਜਬੂਰ ਹੋ ਗਿਆ। ਬਾਬਾ ਜੀ ਤੁਸੀਂ ਬਕੁਲਤਾ ਕਰੋ, ਉਹ ਅੱਲਾਹ ਤਾਲਾ ਇਸ ਗਰੀਬ ਦੀ ਪੱਤ ਜ਼ਰੂਰ ਰੱਖੇਗਾ। ਬਾਬਾ ਜੀ ਅਗਰ ਮੈਂ ਤੁਹਾਡੀ ਥੋੜ੍ਹੀ ਜਿਹੀ ਵੀ ਸੇਵਾ ਕਰ ਸਕਾਂ ਤਾਂ ਉਸ ਅੱਲਾਹ ਤਾਲਾ ਦੀ ਮਿਹਰਬਾਨ ਨਜ਼ਰੀ ਕਰਮ ਦਾ ਪਾਤਰ ਬਣ ਸਕਾਂ। ਬਾਬਾ ਜੀ ਤੁਸੀਂ ਅੰਦਰ ਆਓ। ਭਗਤਾ ਕੀ ਨਾਂ ਹੈ ਤੇਰਾ? ਤੁਸੀਂ ਤਾਂ ਜਿੰਨੀ ਜਾਣੋ ਬਾਬਾ ਜੀ। ਅਗਰ ਫਿਰ ਵੀ ਮੇਰੇ ਮੂੰਹੋਂ ਪੁੱਛਣਾ ਚਾਹੁੰਦੇ ਹੋ ਤਾਂ ਮੇਰਾ ਨਾਂ ਕਰਮੂ ਹੈ। ਕਰਮੂ ਜੋ ਸ਼ਰਦਾ ਤੁਸੀਂ ਇੱਥੇ ਹੀ ਲੈ ਕੇ ਆ ਜਾਓ। ਪਰ ਬਾਬਾ ਜੀ ਤੁਸੀਂ ਅੰਦਰ ਤਾਂ ਆਓ। ਨਹੀਂ ਨਹੀਂ ਕਰਮੂ ਤੁਸੀਂ ਇੱਥੇ ਹੀ ਲੈ ਆਓ। ਰੱਤੀ ਬਾਬਾ ਜੀ ਵਾਸਤੇ ਪ੍ਰਸ਼ਾਦੇ ਤੇ ਲੱਸੀ ਲੈ ਕੇ ਆਵੇ। ਆਹੋ ਬਾਬਾ ਜੀ। ਥੋੜੇ ਦਾਣੇ ਲੈ ਕੇ ਆਓ ਆਪਣੇ ਘਰ ਤੋਂ। ਬੀਬਾ ਲੈ ਬੱਚਾ ਇਹ ਦਾਣੇ ਆਪਣੀ ਦਾਣਿਆਂ ਵਾਲੀ ਭੜੋਲੀ ਵਿੱਚ ਪਾਓ, ਹੋ ਸਕੇ ਤੇ ਸਾਰੇ ਨਗਰ ਵਿੱਚ ਵੰਡ ਦਿਓ ਤਾਂ ਕਿ ਉਸ ਅੱਲਾਹ ਤਾਲਾ ਦੀਆਂ ਬਰਕਤਾਂ ਸਾਰੇ ਹੀ ਨਗਰ ਵਿੱਚ ਰਹਿਣ। ਪਰ ਇੱਕ ਗੱਲ ਹੋਰ ਜ਼ਰੂਰ ਯਾਦ ਰੱਖੋ, ਉਹ ਲੱਖਦਾਤਾ ਲਾਲਾਂ ਵਾਲੀ ਸੱਚੀ ਸਰਕਾਰ ਨਿਆਜ ਤੇ ਭੰਡਾਰਾ ਜ਼ਰੂਰ ਕਰਵਾ ਦਿਆ ਕਰਿਓ। ਅੱਲਾਹੁ ਅਕਬਰ।